ਅੱਲਾ ਨੇ ਕੁਰਾਨ ਦੇ ਅੰਦਰ ਪੰਜ ਮੁਕਾਮਾਤ ਨੇ ਜਿੱਥੇ ਰੱਬ ਨੇ ਆਪਣੀ ਇਬਾਦਤ ਦੇ ਨਾਲ ਵਾਲਦੈਨ ਦੀ ਖਿਦਮਤ ਨੂੰ ਅਟੈਚ ਕਰ ਦਿੱਤਾ ਹੈ। ਇਸ ਤੋਂ ਬੜੀ ਅਜ਼ਮਤ ਹੋਰ ਕੀ ਹੈ? ਪੰਜ ਮੁਕਾਮਾਤ ਨੇ ਕੁਰਾਨ ਦੇ ਅੰਦਰ, ਔਰ ਮੈਂ ਪੰਜੇ ਹੀ ਇਨਸ਼ਾਅੱਲਾ ਤੁਹਾਨੂੰ ਸੁਣਾਉਣਾ। ਹੁਣ ਮੇਰੀ ਇਬਾਦਤ ਤੂੰ ਕਿਉਂ ਕਰਨੀ ਹੈ? ਕਿ ਮੇਰੇ ਜੈਸਾ ਦਾਤਾ ਨਹੀਂ। ਤੇ ਬੁੱਢੇ ਮਾਂ ਬਾਪ ਦੀ ਖਿਦਮਤ ਤੂੰ ਤਾਂ ਕਰਨੀ ਹੈ, ਇਹਨਾਂ ਜੈਸਾ ਜਹਾਨ 'ਚ ਨਾਤਾ ਨਹੀਂ। ਜਲਦੀ ਸਮਝ ਆ ਰਹੀ? ਦੁਨੀਆ ਦੇ ਸਾਰੇ ਦਾਤੇ ਮਿਲ ਜਾਣ ਲੋਕਾਂ ਦੇ, ਸਾਡਾ ਇੱਕੋ ਹੀ ਹੈ ਜਿਹੜੇ ਲੋਕਾਂ ਬਣਾਏ ਨੇ, ਦੁਨੀਆ ਦੇ ਸਾਰੇ ਦਾਤੇ ਮਿਲ ਜਾਣ, ਅਰਸ਼ ਵਾਲੇ ਦਾਤਾ ਦਾ ਮੁਕਾਬਲਾ ਨਹੀਂ ਕਰ ਸਕਦੇ। ਦੁਨੀਆ ਦੇ ਸਾਰੇ ਨਾਤੇ ਮਿਲ ਜਾਣ ਤੇ ਤੇਰੇ ਮਾਂ ਬਾਪ ਦੇ ਨਾਤੇ ਦਾ ਮੁਕਾਬਲਾ ਨਹੀਂ ਕਰ ਸਕਦੇ। ਵਕਜ਼ਾ ਰੱਬੂ ਕਾ, ਰੱਬ ਦਾ ਮਨ ਹੁੰਦਾ ਹੈ ਪਾਲਣ ਵਾਲਾ, ਰੱਬ ਦਾ ਮਨ ਹੈ ਰਿਜ਼ਕ ਅਤਾ ਕਰਨ ਵਾਲਾ। ਹੁਣ ਰੱਬ ਕਹਿੰਦੇ ਹੀ ਉਹਨੂੰ ਨੇ ਜਿੱਥੇ ਜਿੱਥੇ ਮਖਲੂਕ ਵਸ ਰਹੀ ਹੈ ਨਾ, ਉਹਦੀ ਜਗ੍ਹਾ ਦੇ ਉੱਤੇ ਉਹਦੀ ਤਬਾਹ ਦੇ ਮੁਤਾਬਕ ਦੇਣ ਵਾਲੇ ਨੂੰ ਅਰਬੀ 'ਚ ਰੱਬ ਕਹਿੰਦੇ ਨੇ। ਜਿਸ ਤਰ੍ਹਾਂ ਕੁਰਾਨ ਦੇ ਸ਼ੁਰੂ 'ਚ ਆਇਆ ਨਾ, ਅਲਹਮਦੁਲਿਲਾਹੀ ਰੱਬਿਲ ਆਲਮੀਨ, ਆਲਿਮ ਦੀ ਜਮ੍ਹਾਂ ਉਲਾਮਾ ਏ ਔਰ ਆਲਮ ਦੀ ਜਮ੍ਹਾਂ ਆਲਮੀਨ ਏ। ਆਲਮੀਨ ਇੱਕ ਜਹਾਨ ਨਹੀਂ, ਬਾਅਦ ਨੇ ਕਿਹਾ 18,000, 14,000, 70,000। ਹਾਫਿਜ਼ ਇਬਨ ਕਸੀਰ ਰਹੀਮਹੁ ਅੱਲਾ ਫਰਮਾਉਂਦੇ ਨੇ, ਵਮਾ ਯਅਲਮੁ ਜਨੂਦ ਰੱਬਿਕਾ ਇਲਾ ਹੂ, ਜਹਾਨਾਂ ਤੇ ਲਸ਼ਕਰ ਦੀ ਤਾਦਾਦ ਦਾ ਇਲਮ ਸਿਰਫ ਰਹਿਮਾਨ ਦੇ ਕੋਲ ਹੈ। ਕਿੰਨੇ ਕੁ ਜਹਾਨ ਨੇ ਕੋਈ ਪਤਾ ਨਹੀਂ, ਲੇਕਿਨ ਸਾਰੇ ਜਹਾਨਾਂ ਨੂੰ ਪਾਲਣ ਵਾਲਾ ਕੌਣ ਹੈ? ਬੋਲਿਆ ਜੇ ਨਾ, ਸਾਰੇ ਜਹਾਨਾਂ ਨੂੰ ਪਾਲੇ ਪਿਆ ਕੱਲਾ ਵਾ ਮੇਰੇ ਮੌਲਾ। ਬੋਲਦੇ ਨਹੀਂ ਹੁਣ? ਸਾਰੇ ਜਹਾਨਾਂ ਨੂੰ ਪਾਲੇ ਪਿਆ ਕੱਲਾ ਵਾ ਮੇਰੇ ਮੌਲਾ, ਵਾ ਮੇਰੇ ਅੱਲਾ, ਇਹ ਡੱਡੂ ਕੁੰਮੇ ਮੱਛੀਆਂ ਇਹ ਤੇਰੀਆਂ ਨੇ ਫੌਜਾਂ, ਪਾਣੀ ਦੇ ਅੰਦਰ ਕਰਨ ਪਈਆਂ ਮੌਜਾਂ, ਨਜ਼ਰਾਂ ਤੋਂ ਓਲੇ ਸਮੁੰਦਰਾਂ ਦਾ ਥੱਲਾ ਵਾ ਮੇਰੇ ਮੌਲਾ। ਮਖਲੂਕ ਤੇਰੀ ਤੇਰੇ ਤੇ ਰਾਜ਼ੀ, ਹਰ ਰੋਜ਼ ਖਾਵੇ ਰੋਟੀ ਵੀ ਤਾਜ਼ੀ, ਪੱਥਰਾਂ 'ਚ ਪਾਲੇ ਕੀੜਾ ਹਰਾ ਤੱਲਾ ਵਾ ਮੇਰੇ ਮੌਲਾ। ਉਹ ਰੱਬੁਲ ਆਲਮੀਨ ਏ, ਉਹ ਪੂਰੀ ਕਾਇਨਾਤ ਨੂੰ ਪਾਲਣ ਵਾਲਾ ਹੈ, ਰੱਬ ਦਾ ਮਨ ਹੀ ਪਾਲਣ ਵਾਲਾ ਹੈ। ਸਾਡੇ ਕਮੀਆਂ ਚਨੂ ਦੇ ਹਕੀਮ ਮੁਹੰਮਦ ਅਲੀ ਇਨਕਲਾਬੀ ਨੇ ਅੱਲਾ ਤਾਲਾ ਉਹਨਾਂ ਨੂੰ ਸੇਧ ਦੇ, ਉਹਨਾਂ ਬੜੀ ਪਿਆਰੀ ਗੱਲ ਕੀਤੀ, ਆਉਂਦੇ ਨੇ ਇਨਸਾਨ ਤੇ ਹੈਵਾਨ ਉਹਦਾ ਖਾ ਕੇ ਪਲ ਦੇ, ਹਵਾਵਾਂ 'ਚ ਨੇ ਉੱਡਦੇ ਜ਼ਮੀਨ ਤੇ ਨੇ ਚੱਲਦੇ, ਪਾਣੀਆਂ ਦੇ ਵਿੱਚ ਮਖਲੂਕ ਵਸਦੀ, ਬਿਨਾਂ ਹੱਥਾਂ ਪੈਰਾਂ ਮੱਛੀ ਤੇਜ਼ ਨੱਸਦੀ, ਕੱਛੂ ਡੱਡੂ ਕੇਕੜੇ ਵੀ ਨਹਿਰੀ ਵਸਦੇ, ਪਾਣੀ ਵਿੱਚ ਖੇਲਦੇ ਤੇ ਪੈਰੀ ਨੱਸਦੇ, ਪਾਣੀ ਦੇ ਵਸਿੰਦੇ ਵੱਖੋ ਵੱਖ ਸ਼ਕਲਾਂ, ਗਿਣਤੀ ਤੋਂ ਬਾਹਰ ਦੰਗ ਰਹਿਣ ਅਕਲਾਂ, ਗੋਹਾ ਸੱਪ ਸਾਨਿਆ ਜ਼ਮੀਨ ਲੱਭ ਲਈ, ਖੁੱਡਾਂ 'ਚ ਰਿਹਾਸ਼ੀ ਤਸਕੀਨ ਲੱਭ ਲਈ, ਖੁੱਡਾਂ 'ਚ ਕਮਾਉਂਦੇ ਕਿੱਥੋਂ ਖਾਂਦੇ ਪੀਂਦੇ ਨੇ, ਅੱਲਾ ਜਾਣੇ ਕਿੱਦਾਂ ਸੁੱਖਾਂ ਨਾਲ ਜੀਂਦੇ ਨੇ। ਸੁਣੋ ਇੱਕ ਹੋਰ ਵੀ ਮਿਸਾਲ ਸੁਣਿਓ, ਦੱਸਾਂ ਅੱਲਾ ਪਾਕ ਦਾ ਕਮਾਲ ਸੁਣਿਓ, ਲੱਕੜਾਂ 'ਚ ਘੁਣ
ਤੇ ਸਯੂਗ ਪਲਦੀ, ਕਿਹੜੀ ਜਾਤ ਉੱਥੇ ਦਾਣਾ ਪਾਣੀ ਕੱਲਦੀ। ਮਾਸ ਖਾਣੇ ਸ਼ੇਰ ਬਗੇ ਆੜ ਫਿਰਦੇ, ਬੇਸ਼ੁਮਾਰ ਬਾਰਲੇ ਨੇ ਵਗ ਛੇੜਦੇ। ਹਾਥੀ ਰਿੱਛ ਬੰਦਰ ਅਵਾਰਾ ਵੇਖ ਲਓ, ਕਿਵੇਂ ਹੁੰਦਾ ਉਹਨਾਂ ਦਾ ਗੁਜ਼ਾਰਾ ਵੇਖ ਲਓ। ਲੂੰਬੜਾਂ ਤੇ ਸਿਆ ਨਹੀਂ ਜੇ ਪਾਈਆਂ ਕੋਠੀਆਂ, ਉਹ ਵੀ ਨਿੱਤ ਖਾਂਦੇ ਯਾਰੋ ਰਾਜ ਰੋਟੀਆਂ। ਇਹਨੂੰ ਰੱਬ ਆਉਂਦੇ ਨੇ, ਐ ਜੇ ਰੱਬ ਅੱਲਾਹੁ ਲਜ਼ੀ ਜਾਲ ਲਕੁਮੁਲ ਅਰਜ਼ ਕਰਾਰਾਂ ਵਸਮਾ ਬਿਨਾਂ ਵਸਵਰਕੁਮ ਫਅਹਸਨ ਸੁਵਰਕੁਮ ਵਰਜ਼ਕਕੁਮ ਮਿਨ ਤੋਇਬਾਤ ਜ਼ਾਲਿਕੁਮ ਅੱਲਾਹੁ ਰੱਬੁਕੁਮ ਫਤਬਾਰਕ ਅੱਲਾਹੁ ਰੱਬੁਲ ਆਲਮੀਨ। ਇੱਧਰ ਮੇਰੇ ਵੱਲ ਵੇਖੋ ਸਾਰੇ, ਹੋ ਵੱਲ ਹਈਓ ਉਹ ਜੀਵੇ ਜੀਵੇ ਨਿਤ ਜੀਵੇ, ਹੋ ਵੱਲ ਹਈਓ ਲਾ ਇਲਾਹਾ ਇਲਾ ਹੁਆ ਫਦਊਹ ਮੁਖਲਿਸੀਨ ਲਹੁਦੀਨ ਅਲਹਮਦੁਲਿਲਾਹਿ ਰੱਬਿਲ ਆਲਮੀਨ। ਅੱਲਾਹ ਉਹ ਰੱਬੁਲ ਆਲਮੀਨ ਏ, ਪੂਰੀ ਕਾਇਨਾਤ ਨੂੰ ਪਾਲਣ ਵਾਲਾ, ਆਸਮਾਨ ਦਾ ਲੈਂਟਰ ਪਾਉਣ ਵਾਲਾ, ਜ਼ਮੀਨ ਦਾ ਫਰਸ਼ ਬਣਾਉਣ ਵਾਲਾ, ਤਾਰਿਆਂ ਨੂੰ ਚਮਕਾਉਣ ਵਾਲਾ, ਕਾਇਨਾਤ ਦਾ ਨਿਜ਼ਾਮ ਚਲਾਉਣ ਵਾਲਾ, ਪੂਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਕੌਣ ਹੈ? ਬੋਲਿਆ ਜੇ ਨਾ, ਸਾਰੀ ਦੁਨੀਆ ਅੱਲਾਹ ਪਾਕ ਬਣਾਈ ਏ, ਸਾਂਝੀ ਹੋਰ ਸ਼ਰੀਕ ਨਾ ਸਾਨੀ ਕਾਈ ਏ। ਮੁਰਗੀ ਦੇ ਵਿੱਚ ਆਂਡਾ ਨਾ ਰੋਸ਼ਨ ਦਾਨ ਉਸਦਾ, ਰੋਜ਼ੀ ਪਿਆ ਦੇਂਦਾ ਇੱਕ ਨਗਰਾਨ ਉਸਦਾ, ਕੀਤੀ ਡਾਈ ਫਿੱਟ ਤੇ ਰੱਖਿਆ ਸੱਚਾਏ, ਬਾਹਰ ਨਿਕਲੇ ਅਚੂ ਚੂ ਕਰਦਾ ਬਚਾਏ, ਬਿੱਲੀ ਨੂੰ ਵੇਖ ਕੇ ਮਾਂ ਵੱਲ ਭੱਜਦਾ ਨੱਸਦਾ ਏ। ਆ ਗਿਆ ਦੁਸ਼ਮਨ ਆ ਗਿਆ ਦੁਸ਼ਮਨ ਮਾਂ ਨੂੰ ਦੱਸਦਾ ਏ, ਸੱਜਲ ਦੁਸ਼ਮਨ ਦੀ ਇਹਨੂੰ ਕਿੰਨੇ ਗੱਲ ਸਮਝਾਈ ਏ। ਆਂਡਾ ਵੇਖਿਆ ਜੀ ਆਂਡਾ, ਉਹ ਬੋਲੋ ਤੇ ਸਹੀ, ਆਂਡੇ ਉਹ ਆਂਡਾ ਵੇਖਿਆ ਜੀ, ਆਂਡੇ 'ਚ ਕਿੰਨੀਆਂ ਚੀਜ਼ਾਂ ਨੇ? ਦੋ, ਇੱਕ ਸਫੈਦੀ ਅਤੇ ਇੱਕ ਅਲੱਗ ਨੇ, ਮਿਕਸ ਨੇ, ਅਲੱਗ ਨੇ, ਇਵੇਂ ਹੀ ਹੈ ਨਾ। ਆਂਡਾ ਲੋਡ ਕਰਨੇ ਆ, ਹਿੱਲਿਆ ਲਾਇਆ ਫਿਰ ਹਿੱਲਿਆ, ਛਾਪਰ 'ਚ ਪਾ ਕੇ ਆਉਂਦਾ ਫਿਰ ਹਿੱਲਿਆ, ਉੱਤੋਂ ਆਵਾਜ਼ ਆਉਂਦੀ ਹੈ ਮੇਰੀ ਰਬੂਬੀਅਤ ਵੇ। ਇੰਨਾ ਆਂਡੇ ਨੂੰ ਹਿਲਾਉਂਦਾ ਰਿਹਾ ਮੈਂ, ਦੀ ਸਫੈਦੀ ਅਤੇ ਜ਼ਰਦੀ ਨੂੰ ਆਪਸ 'ਚ ਮਿਕਸ ਨਹੀਂ ਹੋਣ ਦਿੱਤਾ। ਅਤੇ ਜਿਸ ਆਂਡੇ ਦੀ ਸਫੈਦੀ ਸਰਦੀ ਮਿਕਸ ਹੋ ਜਾਏ ਉਹਨੂੰ ਕੀ ਆਉਂਦੇ ਆ? ਆਂਡਾ ਕਿੱਥੇ ਸੁੱਟਦੇ ਹੋ? ਗੰਦੀ ਰੂੜੀ ਅਤੇ ਨਾਲੀ 'ਚ, ਗੰਦੀ ਟੋਕਰੀ 'ਚ, ਉੱਤੋਂ ਆਵਾਜ਼ ਆਉਂਦੀ ਹੈ ਤੌਹੀਦ ਦੀ ਸਫੈਦੀ 'ਚ ਸ਼ਿਰਕ ਦੀ ਜ਼ਰਦੀ ਮਿਕਸ ਕਰਕੇ ਨਾ ਆਈ, ਨਹੀਂ ਤਾਂ ਤੈਨੂੰ ਵੀ ਗੰਦਾ ਆਂਡਾ ਸਮਝ ਕੇ ਜਹੰਨਮ ਦੀ ਟੋਕਰੀ 'ਚ ਵਗਾ ਦਿਆਂਗਾ। ਬੋਲਦੇ ਨਹੀਂ,
ਫਿਰ ਇਹੀ ਆਂਡਾ ਮੁਰਗੀ ਥੱਲੇ ਆਉਂਦਾ ਹੈ। ਆਹ ਦੇਸੀ ਆਂਡਾ, ਫਾਰਮੀ ਦੀ ਗੱਲ ਨਹੀਂ ਕਰਦਾ, ਫਾਰਮੀ ਤਾਂ 40 ਦਿਨਾਂ ਹੀ ਤਿਆਰ, ਜਿਹੜਾ ਮੌਲਵੀ ਖਾ ਲੇ 20 ਦਿਨਾਂ ਹੀ ਤਿਆਰ। ਫਾਰਮੀ ਦਾ ਨਾ ਕੋਈ ਮਾਂ ਇਹਦੇ ਨਾ ਪਿਓ, ਇਹ ਪਤਾ ਨਹੀਂ ਕਿੱਥੋਂ ਨਿਕਲ ਪਿਆ। ਫਾਰਮੀ ਖਵਾ ਗਿਆ ਤੇ ਤੌਹੀਦ ਬਿਆਨ ਕਰੋ। ਮੈਂ ਕਿਹਾ ਫਾਰਮੀ ਤੇ ਤੌਹੀਦ ਦਾ ਕੀ ਜੋੜ ਜੇ ਆਪਸ ਚ, ਦੱਸੋ ਨਾ ਕੋਈ ਜੋੜ ਹੈ। ਅੱਲਾ, ਮੁਰਗੀ ਥੱਲੇ ਆਂਡਾ ਆਇਆ ਦੇਸੀ, ਸਫੈਦੀ ਦਾ ਚੂਜ਼ਾ ਬਣਦਾ ਤੇ ਜ਼ਰਦੀ ਨੂੰ ਅੱਲਾ ਆਂਡੇ ਦੇ ਅੰਦਰ ਉਸ ਚੂਜ਼ੇ ਦੀ ਖੁਰਾਕ ਬਣਾਉਂਦੇ ਨੇ। ਫਿਰ ਆਂਦੇ ਨੇ ਚੂਜ਼ਿਆ ਬਾਹਰ ਆ, ਉਹ ਆਂਦਾ ਛੈਣੀ ਕੋਨੀ, ਥੋੜਾ ਕੋਨੀ, ਬੂਹਾ ਕੋਨੀ, ਬਾਰੀ ਕੋਨੀ, ਆਵਾਂ ਕਿਵੇਂ? ਅੱਲਾ ਦੇ ਨੇ ਤੈਨੂੰ ਨਿੱਕੀ ਜਿਹੀ ਛੈਣੀ ਦਿੱਤੀ, ਇਹਨੂੰ ਅੰਦਰੋਂ ਮਾਰ ਸੂ। ਉਹ ਅੰਦਰੋਂ ਮਾਰਦਾ, ਛਿੱਲੜ ਟੁੱਟ ਗਈ, ਚੂਜ਼ਾ ਬਾਹਰ ਆ ਗਿਆ। ਹੁਣ ਫੈਸਲਾਬਾਦ ਕੇ ਸਕੂਲ ਕਾਲਜ 'ਚ ਨਹੀਂ ਪੜ੍ਹਿਆ, ਕੁੱਤੇ ਨੂੰ ਵੇਂਹਦਾ ਭੱਜ ਕੇ ਮਾਂ ਦੇ ਪਰਾਂ 'ਚ ਲੁਕਦਾ ਕਿ ਨਹੀਂ? ਮੈਨੂੰ ਦੱਸੋ ਨਾ, ਰੱਬ ਨੂੰ ਛੱਡ ਕੇ ਗੈਰਾਂ ਨੂੰ ਮੁਸ਼ਕਿਲ ਕੁਸ਼ਾ ਕਹਿਣ ਵਾਲੋ, ਉਹ ਕਿਹੜੀ ਜ਼ਾਤ ਏ ਜਿਹਨੇ ਆਂਡੇ ਦੀ ਸਫੈਦੀ ਤੇ ਜ਼ਰਦੀ ਨੂੰ ਮਿਕਸ ਨਹੀਂ ਹੋਣ ਦਿੱਤਾ, ਫਿਰ ਸਫੈਦੀ ਦਾ ਚੂਜ਼ਾ ਬਣਾ ਕੇ ਜ਼ਰਦੀ ਨੂੰ ਖੁਰਾਕ ਬਣਾਇਆ? ਫਿਰ ਠੂੰਗੇ ਮਾਰਨ ਦੀਆਂ ਜਾਚਾਂ ਕਿਹਨੇ ਦੱਸੀਆਂ ਨੇ? ਸੱਜਣ ਤੇ ਦੁਸ਼ਮਣ ਦੀਆਂ ਤਮੀਜ਼ਾਂ ਕਿਹਨੇ ਦਿੱਤੀਆਂ? ਇਹ ਜੇ ਰੱਬ ਵਕਜ਼ਾ ਰੱਬ, ਇਹ ਰੱਬ ਏ। ਅੱਗੇ ਆਈਏ, ਮਾਂ ਦੇ ਪੇਟ ਦੀ ਪੈਕਿੰਗ ਕੁੱਪ ਹਨੇਰੇ ਨੇ, ਕਿਵੇਂ ਜੋੜ ਪੈ ਜੁੜਦੇ ਸੋਹਣੇ ਬੰਦਿਆ ਤੇਰੇ ਨੇ। 360 ਜੋੜ ਤੇਰੀ ਮਾਂ ਦੇ ਪੇਟ 'ਚ ਜੋੜੇ ਤੇ ਮਾਂ ਨੂੰ ਵੀ ਖੁਰਾਕ ਨਹੀਂ ਹੋਇਆ, ਤੇ ਖੁਦਾ ਨਾ ਕਰੇ ਕੋਈ ਜੋੜ ਟੁੱਟ ਜਾਏ ਤੇ ਡਾਕਟਰ ਕੀ ਆਉਂਦੇ ਨੇ, ਹੁਣ ਉੱਤੋਂ ਪਲਸਤਰ ਨਾ ਲਾਈ ਤੇ 8 ਮਹੀਨਿਆਂ ਬਾਅਦ ਲਾਈ, ਬਾਅਦ ਪੁੱਛੋ ਆਉਂਦਾ ਉਹ ਗੱਲ ਨਹੀਂ ਰਹੀ ਜਿਹੜੀ ਪਹਿਲੂ ਸੀ। ਵਲਕਦ ਖਲਕਨਾ ਲੀ ਇਨਸਾਨ ਮਿਨ ਸੁਲਾਲਤਿਮ ਮਿਨ ਤੀਨ ਸੁਮ ਜਲਨਾਹੁ ਨੁਤਫਤਨ ਫੀ ਕਰਾਰਿਮ ਮਕੀਨ ਸੁਮ ਖਲਕਨਾ ਨੁਤਫਤ ਅਲਗਤਨ ਫਖਲਕਨਲ ਅਲਗਤ ਮੁਜ਼ਗਤਨ ਫਖਲਕਨਲ ਮੁਜ਼ਗਤ ਇਜ਼ਾਮਨ ਫਕਸਊਨਲ ਇਜ਼ਾਮ ਲਹਮਾ ਸੁਮ ਅਨਸ਼ਅਨਾਹੁ ਖਲਕਨ ਆਖਰ ਫਤਬਾਰਕੱਲਾਹੁ ਅਹਸਨੁਲ ਖਾਲਕੀਨ। ਤਰਜਮਾ ਕੀ ਇਹਨਾਂ ਆਇਤਾਂ ਦਾ? ਮਾਂ ਦੇ ਪੇਟ ਦੀ ਪੈਕਿੰਗ ਕੁੱਪ ਹਨੇਰੇ ਨੇ, ਕਿਵੇਂ ਜੋੜ ਪੈ ਜੁੜਦੇ ਸੋਹਣੇ ਬੰਦਿਆ ਤੇਰੇ ਨੇ, ਕਾਰੀਗਰ ਕਿਵੇਂ ਐ ਗੋਸ਼ਤ ਹੱਡੀਆਂ ਜੋੜਦਾ ਏ, ਬੰਦ ਕਮਰੇ ਵਿੱਚ ਮਟੀਰੀਅਲ ਲੋੜਦਾ ਏ, ਪਿਛਾਂ ਮਾਰ ਖਾਂ ਝਾਤੀ ਵੇਖ ਔਕਾਤ ਆਪਣੀ, 9 ਮਹੀਨਿਆਂ ਵਾਲੀ ਲੰਮੀ ਰਾਤ ਆਪਣੀ, ਪਾਣੀ ਦਾ ਇੱਕ ਕਤਰਾ ਬਸ ਗੱਲ ਸਮਝਾਈਏ, ਸਾਰੀ ਦੁਨੀਆ ਅੱਲਾ ਪਾਕ ਬਣਾਈਏ। ਕਿਹਨੇ ਬਣਾਈ? ਚੱਲ ਹੁਣ ਜ਼ਰਾ ਵੇਖ ਮੱਝਾਂ ਗਾਵਾਂ ਨੂੰ, ਗੋਬਰ ਪਿਸ਼ਾਬ ਖੂਨ ਤੇ ਉਹਨਾਂ ਥਾਵਾਂ ਨੂੰ, ਖੂਨ ਪਿਸ਼ਾਬ ਦੀਆਂ ਅੰਦਰ ਨਹਿਰਾਂ ਨੇ, ਕਾਲੇ ਥਣਾਂ ਵਿੱਚੋਂ ਨਿਕਲੀਆਂ ਚਿੱਟੀਆਂ ਧਾਰਾਂ ਨੇ, ਮੱਖਣ ਦੁੱਧ ਮਲਾਈਆਂ ਬੰਦਿਆ ਰਜਨਾ ਏ, ਜਦੋਂ ਬੁਲਾਏ ਮਾਲਿਕ ਕੰਡ ਕਰ ਭਜਨਾ ਏ।
ਓ ਗਨੀ ਅਸੀਂ ਮੰਗਤੇ ਸਾਰੇ ਸ਼ੱਕ ਨਕਾਈਏ, ਸਾਰੀ ਦੁਨੀਆ ਅੱਲਾ ਇਹਨੂੰ ਰੱਬ ਕਹਿੰਦੇ ਨੇ ਅਲਹਮਦੁਲਿਲਾਹ। ਮੇਰੀ 500 ਦੀ ਵਾਰੀ ਸੀ, ਉਧਰ 5000, ਇਧਰ 500, ਹੈ ਇਹ ਅੱਲਾ ਦੀ ਤੋਹੀਦ ਦੀ ਇੰਨੀ ਅਜ਼ਮਤ ਨਹੀਂ, ਤੋਹੀਦ ਤੇ ਸੁਣਾਉਣ ਡਿਆ ਮੈਂ, ਰੱਬ ਦੀ ਤੋਹੀਦ ਏਡੀ ਸਸਤੀ ਨਹੀਂ। ਆਈਏ ਤੋ ਮੈਂ ਬਾਤ ਕਰਨਾ ਚਾਹਨਾ, ਉਹ ਰੱਬੁਲ ਆਲਮੀਨ ਵਕਜ਼ਾ ਰੱਬੂ ਕਾ ਅੱਲਾ ਤਾਬੁਦੂ, ਐ ਜੇ ਰੱਬ, ਅੱਲਾਹੁ ਅਕਬਰ ਕਬੀਰਾ, ਐ ਜੇ ਰੱਬ, ਰੱਬ ਦਾ ਮਨ ਹੈ ਪਾਲਣ ਵਾਲਾ, ਰੱਬ ਦਾ ਮਨ ਹੈ ਰਿਜ਼ਕ ਅਤਾ ਕਰਨ ਵਾਲਾ। ਹੁਣ ਇੱਥੇ ਇੱਕ ਨੁਕਤੇ ਦੀ ਬਾਤ ਸਮਝੀਏ, ਰੱਬ ਵੀ ਇੱਕ ਹੈ ਤੇ ਉੱਚੀ ਬੋਲੋ ਅੱਬ ਵੀ, ਬੋਲਿਆ ਜੇ ਨਾ, ਰੱਬ ਵੀ ਇੱਕ ਹੈ ਤੇ ਉੱਚੀ ਬੋਲੋ ਅੱਬ ਵੀ, ਪਰ ਜਿਨ੍ਹਾਂ ਦਾ ਪਿਓ ਇੱਕ ਹੈ ਉਹ ਤੇ ਬੋਲੋ ਹਾਂ ਕੀ ਹੋਇਆ ਜੇ, ਹਾਂ ਰੱਬ ਵੀ ਇੱਕ ਹੈ ਤੇ ਉੱਚੀ ਬੋਲੋ ਅੱਬ ਵੀ। ਕਦੀ ਕਿਸੇ ਬੰਦੇ ਨੇ ਕਿਹਾ ਕਿ ਮੇਰੇ ਅੱਬੇ ਦੋ ਨੇ? ਬੋਲੋ, ਆਹ ਬਰੇਲਵੀ ਨੂੰ ਪੁੱਛੋ, ਦਿਓਬੰਦੀ ਨੂੰ ਪੁੱਛੋ, ਸ਼ੀਆ ਨੂੰ ਪੁੱਛੋ, ਯਹੂਦੀ ਨੂੰ ਪੁੱਛੋ, ਈਸਾਈ ਨੂੰ ਪੁੱਛੋ, ਹਿੰਦੂ ਨੂੰ ਪੁੱਛੋ, ਕਿਸੇ ਜਾ ਕੇ ਮਜੂਸੀ ਨੂੰ ਪੁੱਛੋ, ਕਦੀ ਕਿਸੇ ਆਖਿਆ ਮੇਰੇ ਅੱਬੇ ਦੋ ਨੇ? ਭਾਵੇਂ ਮੁਸਲਿਮ ਹੈ ਗੈਰ ਮੁਸਲਿਮ ਹੈ, ਅੱਬ ਵੀ ਇੱਕ ਹੈ ਤੇ ਉੱਚੀ ਬੋਲੋ ਰੱਬ ਵੀ। ਹੁਣ ਰੱਬ ਉਹਨੂੰ ਆਉਂਦੇ ਨੇ ਜਿਹੜਾ ਡਾਇਰੈਕਟ ਰਿਜ਼ਕ ਦੇ ਰਿਹਾ, ਕਿਹਨੂੰ? ਅੱਬ ਨੂੰ, ਅੱਬ ਨੂੰ ਦੇ ਰਿਹਾ, ਅੱਬ ਨੂੰ ਰਿਜ਼ਕ ਦੇ ਰਿਹਾ। ਅੱਬ ਦੇ ਜ਼ਰੀਏ ਰਿਜ਼ਕ ਪਹੁੰਚਦਾ ਕਿਹਦੇ ਘਰ? ਔਲਾਦ ਤੱਕ। ਹੁਣ ਜਿਹਦੇ ਜ਼ਰੀਏ ਰਿਜ਼ਕ ਪਹੁੰਚਦਾ ਉਹਦੇ ਨਾਲ ਤੈਨੂੰ ਦੂਜਾ ਅੱਬ ਵਾਰਾ ਨਹੀਂ ਖਾਂਦਾ, ਤੇ ਜਿਹੜਾ ਤੈਨੂੰ ਸਾਰਾ ਕੁਝ ਡਾਇਰੈਕਟ ਦੇ ਰਿਹਾ ਉਹਦੇ ਨਾਲ ਕਈ ਰੱਬ ਬਣਾਈ ਫਿਰਨਾ। ਬੋਲਦੇ ਨਹੀਂ ਹੋਣ, ਇਸ ਤਰ੍ਹਾਂ ਹੀ ਹੈ ਨਾ, ਕਈ ਰੱਬ ਬਣਾਈ ਫਿਰਨਾ। ਅੱਲਾਹੁ ਅਕਬਰ ਤੋਂ ਆਵਾਜ਼ ਆਉਂਦੀ ਏ, ਤੈਨੂੰ ਜ਼ਮੀਨ ਤੇ ਦੂਜਾ ਅੱਬ ਵਾਰਾ ਨਹੀਂ ਖਾਂਦਾ, ਮੈਨੂੰ ਅਰਸ਼ੇ ਬਰੀ ਤੇ ਦੂਜਾ ਰੱਬ ਵਾਰਾ ਨਹੀਂ ਖਾਂਦਾ। ਐ ਜੇ ਰੱਬ, ਵਕਜ਼ਾ ਰੱਬੁਕ ਅੱਲਾ ਤਾਬੁਦੂ, ਅੱਲਾਹੁ ਅਕਬਰ ਕਬੀਰਾ। ਆ ਵੇਖੋ ਨਾ, ਸਾਡੀ ਆ ਦੁਨੀਆਦਾਰੀ ਹੈ, ਪਿੰਡ ਥਾਂ ਦੀ ਇੱਕ ਮਿਸਾਲ ਦੇ ਦਿਆਂ, ਮਾਝ ਥੱਲੇ ਕੱਟਾ ਛੱਡਣੇ ਆ, ਦੋ ਮੂੰਹ ਮਾਰਦਾ ਤੇ ਸਾਰਾ ਦੁੱਧ ਉਹਨੇ ਕਿਹਦੇ ਚ ਲਾਇਆ? ਹਵਾਨੇ ਚ, ਹਵਾਨੇ ਚ ਲਾਇਆ। ਇਹਨੇ ਵੇਖਿਆ ਹਵਾਨਾ ਭਰ ਗਿਆ, ਕੱਟੇ ਨੂੰ ਮੂੰਹ ਤੋਂ ਫੜ ਕੇ ਖਿੱਚਿਆ ਤੇ ਜਾ ਕੇ ਮੱਝ ਦੇ ਅੱਗੇ ਹੀ ਬੰਨ ਦਿੱਤਾ, ਤੇ ਮੱਝ ਨਾਲੇ ਚੁੰਮਦੀ ਏ ਨਾਲੇ ਚੱਟਦੀ ਏ, ਤੇ ਨਾਲੇ ਆਂਦੀ ਪੁੱਤਰ ਚੁੱਪ ਕਰ, ਸਾਡੇ ਨਾਲ ਐਵੇਂ ਹੀ ਹੋਣੀ। ਆਪ ਬਾਲਟੀ ਫੜੀ ਸੀ, ਥੱਲੇ ਬਹਿ ਗਿਆ, ਉਹਨੇ ਆਖਿਆ ਵੀ ਮੇਰਾ ਕਾਲਾ ਤੇ ਮੇਰੇ ਅੱਗੇ ਵੱਜਿਆ, ਚਿੱਟਾ ਕਿੱਥੋਂ ਬਹਿ ਗਿਆ? ਇਹਨੇ ਥਣ ਫੜਿਆ, ਮਾਰੀ ਧਾਰ ਸਿੱਧੀ ਉਹਦੇ ਮੂੰਹ ਤੇ, ਉਹਨੇ ਮੂੰਹ ਪਰਾਂ ਕਰ ਲਿਆ, ਉੱਤੋਂ ਆਵਾਜ਼ ਆਈ, ਤੁਹਾਡੇ ਮਾਂ ਪੁੱਤਰਾਂ ਨਾਲ ਹੋਈ ਜ਼ਿਆਦਤੀ, ਇਹ ਪੂਛਲ ਵੀ ਨਹੀਂ ਹਿਲਾਣੀ ਤੇ ਲੱਤ ਵੀ ਨਹੀਂ ਹਿਲਾਣੀ। ਹੁਣ ਹਵਾਨਾ ਧੋਣ ਲੱਗੇ, ਅੱਲਾ ਨੇ ਮੇਰੀ ਰਬੂਬੀਅਤ ਫਿਰ ਵੇਖ, ਹਵਾਨਾ ਦੁੱਧ ਨਾ ਫੁੱਲੇ, ਥੱਲੇ ਮੈਂ ਚਾਰ ਬੋਤਲਾਂ ਫਿੱਟ ਕੀਤੀਆਂ ਨੇ, ਉਹਨਾਂ ਬੋਤਲਾਂ ਦਾ ਮੂੰਹ ਵੀ ਠਾਏ, ਮੈਂ ਢੱਕਣ ਵੀ ਕੋਈ ਨਹੀਂ ਲਾਇਆ, ਪਰ ਮੇਰੀ ਰਬੂਬੀਅਤ ਵੇਖ, ਮੈਂ ਕਦੀ ਇੱਕ ਕਤਰਾ ਵੀ ਜ਼ਮੀਨ ਤੇ ਡਿੱਗਣ ਨਹੀਂ ਹੋ ਦਿੱਤਾ। ਇਹਨੂੰ ਰੱਬ ਕਹਿੰਦੇ ਨੇ। ਹੁਣ ਲੱਗਿਆ ਧਾਰ ਕੱਢਣ, ਚੋਣ ਲੱਗਿਆ, ਉੱਤੋਂ ਆਵਾਜ਼ ਆਈ, ਮਿੰਬਈ ਨੇ ਫਰਸੀਮ ਵਾਦਾ ਮਿਲ ਲਬਨਨ ਖਾਲਿਸਨ ਸ਼ਾਇਗਲੀ ਸ਼ਾਰਬੀਨ। ਇੱਕ ਪਾਸੇ ਗੋਬਰ ਦੀ ਨਾਲੀ, ਪਿਸ਼ਾਬ ਦੀ ਨਾਲੀ, ਖੂਨ ਦੀ ਨਾਲੀ, ਤੇ ਦਰਮਿਆਨ ਚ ਦੁੱਧ ਦੀ ਨਾਲੀ ਏ। ਅੱਲਾਹ ਅਕਬਰ, ਤੇ ਅੱਲਾਹ ਦੇ ਨੇ ਮੇਰੀ ਰਬੂਬੀਅਤ ਵੇ, ਮੈਂ ਕਦੀ ਦੁੱਧ ਚ ਗੋਬਰ ਮਿਕਸ ਨਹੀਂ ਹੋਣ ਦਿੱਤਾ।
ਕਦੀ ਮੈਂ ਪਿਸ਼ਾਬ ਦੀ ਛਿੱਟ ਮਿਕਸ ਨਹੀਂ ਹੋਣ ਦਿੱਤੀ, ਕਦੀ ਮੈਂ ਖੂਨ ਦਾ ਕਤਰਾ ਮਿਕਸ ਨਹੀਂ ਹੋਣ ਦਿੱਤਾ। ਲਾਬਾਨਨ ਖਾਲਿਸਨ ਖਾਲਸ ਮੈਂ ਦੇਨਾ ਤੇ ਸਬੀਲਾਂ ਗੈਰੁੱਲਾ ਦੇ ਨਾਂ ਦੀਆਂ ਲਾਣ ਡਿਆ। ਖਾਲਸ ਦੁੱਧ ਮੈਂ ਦੇਨਾ ਤੇ ਖੀਰਾਂ ਗੈਰੁੱਲਾ ਦੇ ਨਾਂ ਦੀਆਂ ਪਕਾ ਕੇ ਵੰਡਣ ਡਿਆ। ਲਾਬਾਨਨ ਖਾਲਿਸਨ ਖਾਲਸ ਹੋਈਏ, ਜਿਹੜਾ ਮੱਝ ਦੇ ਥਣਾਂ ਚੋਂ ਡਾਇਰੈਕਟ ਨਿਕਲਿਆ ਇਹ ਤੇ ਅੰਦਰ ਮਸਜਿਦ ਦੀਆਂ ਟੂਟੀਆਂ ਦਾ ਪਾਣੀ ਪਾ ਫਿਰ ਵੀ ਖਾਲਸ ਨਹੀਂ, ਇਹ ਤੇ ਅੰਦਰ ਡਿਊ ਮਰਿੰਡਾ ਪਾ ਫਿਰ ਵੀ ਖਾਲਸ ਨਹੀਂ, ਇਹ ਤੇ ਅੰਦਰ ਤੂੰ ਜ਼ਮਜ਼ਮ ਦਾ ਪਾਣੀ ਪਾ ਦੇ ਫਿਰ ਵੀ ਦੁੱਧ ਖਾਲਸ ਨਹੀਂ। ਖਾਲਸ ਦੁੱਧ ਉਹ ਹੀ ਹੈ ਜਿਹੜਾ ਮੱਝ ਦੇ ਥਣਾਂ ਚੋਂ ਨਿਕਲਿਆ, ਤੇ ਖਾਲਸ ਦੀਨ ਉਹ ਹੀ ਹੈ ਜਿਹੜਾ ਮੁਹੰਮਦ ਦੀ ਜ਼ਬਾਨੇ ਨਬੂਵਤ ਚੋਂ ਨਿਕਲਿਆ। ਅੱਲਾਹੁ ਅਕਬਰ। ਇਸ ਵਾਸਤੇ اے رب وقضا ربک اللہ تعبدو الا ایاہو وبالوالدین احسانا۔ آئیے ایک مقام جتھے رب نے اپنی عبادت دی گل کیتی ہے تے نال ہی والدین دی خدمت دی کیتی، دوجا مقام اللہ فرماتے نے واذ اخذنا میثاق بنی اسرائیل لا تعبدو ਇਲਾ ਇਹ ਬਣੀ ਇਸਰਾਇਲ ਵਾਲਿਓ ਮੇਰੇ ਤੋਂ ਇਲਾਵਾ ਕਿਸੇ ਦੀ ਇਬਾਦਤ ਨਾ ਕਰਿਆ ਜੇ। ਦੂਜੀ ਗੱਲ ਵਾ ਬਿਲ ਵਾਲੀ ਦਈ ਨੀ ਇਹਸਾਨ ਤੇ ਬੁੱਢੇ ਮਾਂ ਬਾਪ ਦੀ ਖਿਦਮਤ ਕਰਿਆ ਜੇ। ਤੀਜਾ ਮੁਕਾਮ ਫਰਮਾਇਆ ਵਾ ਅਬੁਦੁੱਲਾਹ ਵਲਾ ਤੁਸ਼ਰੇ ਕੂ ਬੀ ਸ਼ਈਆ ਵਾ ਬਿਲ ਵਾਲੀ ਦਈ ਨੇ ਇਹਸਾਨ। ਇਬਾਦਤ ਅੱਲਾ ਦੀ ਕਰ, ਉਹਦੀ ਜ਼ਾਤ ਨਾ ਕਿਸੇ ਨੂੰ ਸ਼ਰੀਕ ਨਾ ਠਹਿਰਾਈ। ਤੇ ਦੂਸਰੀ ਗੱਲ ਇਹ ਵੇ ਬੁੱਢੇ ਵਾਲਦੈਨ ਦੀ ਖਿਦਮਤ ਕਰ। ਚੌਥਾ ਮੁਕਾਮ ਫਰਮਾਇਆ ਕੁਲ ਤਾਲਉ ਅਤਲੂ ਮਾ ਹਰਮ ਰੱਬੁਕੁਮ ਅਲੈਕੁਮ ਅੱਲਾ ਤੁਸ਼ਰਿਕੂ ਬਿਹੀ ਸ਼ਈਆ ਵਾ ਬਿਲ ਵਾਲਿਦੈਨਿ ਇਹਸਾਨਾ। ਅੱਲਾ ਆਂਦੇ ਨੇ ਮੇਰੇ ਮਹਿਬੂਬ ਜੀ ਤਾ ਲਓ, ਇਹਨਾਂ ਨੂੰ ਕਹਿ ਦਿਓ ਆ ਜਾਓ, ਮੈਂ ਰੱਬ ਤੁਹਾਨੂੰ ਦੱਸਣਾ ਵਾ ਜਿਹੜੀਆਂ ਚੀਜ਼ਾਂ ਅੱਲਾ ਨੇ ਤੁਹਾਡੇ ਤੇ ਹਰਾਮ ਕਰ ਦਿੱਤੀਆਂ ਨੇ। ਵਾਲਦੈਨ ਦੀ ਨਾ ਫਰਮਾਨੀ ਤੁਹਾਡੇ ਤੇ ਹਰਾਮ ਕਰ ਦਿੱਤੀ ਏ, ਅੱਲਾ ਨੇ ਸ਼ਿਰਕ ਤੁਹਾਡੇ ਤੇ ਹਰਾਮ ਕਰ ਦਿੱਤਾ ਏ। ਅੱਲਾਹੁ ਅਕਬਰ ਕਬੀਰਾ। ਆਈਏ ਜ਼ਰਾ ਗੌਰ ਕੀਜੀਏ, ਤਵੱਜੋ ਮੇਰੇ ਵੱਲ। ਪੰਜਵਾਂ ਮੁਕਾਮ ਅੱਲਾ ਫਰਮਾਉਂਦੇ ਨੇ ਅਨਿਸ਼ਕੁਰਲੀ ਵਾਲੀ ਵਾਲੀ ਦਈਕ, ਉਹ ਮੇਰੇ ਬੰਦੇ ਮੇਰਾ ਵੀ ਸ਼ੁਕਰ ਅਦਾ ਕਰ ਤੇ ਬੁੱਢੇ ਮਾਂ ਬਾਪ ਦਾ ਵੀ ਸ਼ੁਕਰ ਅਦਾ ਕਰਿਆ ਕਰ। ਅੱਲਾਹੁ ਅਕਬਰ। ਪੰਜ ਮੁਕਾਮ ਨੇ ਜਿੱਥੇ ਰੱਬ ਨੇ ਆਪਣੀ ਇਬਾਦਤ ਨਾਲ ਵਾਲਦੈਨ ਦੀ ਖਿਦਮਤ ਨੂੰ ਅਟੈਚ ਕੀਤਾ। ਜਿਸ ਤਰ੍ਹਾਂ ਸ਼ਿਰਕ ਕਬੀਰਾ ਗੁਨਾਹ ਹੈ ਨਾ, ਇਸ ਤਰ੍ਹਾਂ ਵਾਲਦੈਨ ਦੀ ਨਾ ਫਰਮਾਨੀ ਵੀ ਕਬੀਰਾ ਗੁਨਾਹ ਹੈ। ਇਹ ਗੱਲ ਯਾਦ ਰੱਖੋ, ਤਵੱਜੋ ਹੈ ਨਾ ਮੇਰੇ ਵੱਲ ਤੁਹਾਡੀ ਸਾਰੀ। ਵਾਲਿਦੈਨ ਦਾ ਨਾ ਫਰਮਾਨ, ਜਿਸ ਤਰ੍ਹਾਂ ਮੁਸ਼ਰਿਕ ਜੰਨਤ 'ਚ ਨਹੀਂ ਨਾ ਜਾ ਸਕਦਾ, ਇਸ ਤਰ੍ਹਾਂ ਵਾਲਿਦੈਨ ਦਾ ਨਾ ਫਰਮਾਨ ਵੀ ਜੰਨਤ 'ਚ ਨਹੀਂ ਜਾ ਸਕਦਾ। ਇਸ ਤੋਂ ਉੱਤੇ ਅਜ਼ਮਤ ਦੱਸੋ ਕੀ ਹੈ ਕਿ ਵਾਲਿਦੈਨ ਦੇ ਨਾ ਫਰਮਾਨ ਵਾਸਤੇ ਜੰਨਤ ਨਹੀਂ। ਔਰ ਇਹ ਐਸਾ ਗੁਨਾਹ ਹੈ ਕਿ ਜਿਹੜਾ ਵਾਲਿਦੈਨ ਦਾ ਗੁਸਤਾਖ ਹੈ ਉਹਨੂੰ ਇਸ ਗੁਨਾਹ ਦੀ ਸਜ਼ਾ ਦੁਨੀਆ 'ਚ ਵੀ ਭੁਗਤਣੀ ਪੈਂਦੀ ਹੈ ਤੇ ਆਖਰਤ 'ਚ ਤੇ ਅੱਗੇ ਭੁਗਤਣੀ ਹੈ ਨਾ। ਦੁਨੀਆਂ 'ਚ ਵੀ ਮਾਂ ਵਾਲਦੈਨ ਦਾ ਨਾ ਫਰਮਾਨ ਜਿਹੜਾ ਸਜ਼ਾ ਪਾਉਂਦਾ,
آئیے نبی علیہ الصلوۃ والسلام دی احادیث وال ذرا غور کریے. آقا فرماندے نے قیامت دے دن والدین دا گستاخ آئے گا, رب ایدے وال نظر اٹھا کے ویکھن گے وی نہیں. صحیح ترغیب و ترہیب جی علامہ البانی دی, والدین دا گستاخ قیامت نو آئے گا, رب نے ویکھنا ہی نہیں, ایدے تو وڈا بد نصیب کون ہے. اور آقا فرماندے نے والدین دا نام فرمان لئی نے, ایدے تے لعنت ہے. نمبر تین, جیڑا والدین دا نام فرمان ہے ایدی کوئی دعا بھی قبول نہیں جے ہوندی. تے والدین دے نام فرمان واسطے کوئی ولی بھی دعا کرے او دی دعا بھی قبول نہیں جے ہوندی. نمبر چار, جگاں دے پیر فرماندے نے جدے تے جدا والد ناراض ہے وہ ساری ساری رات بھی تہجد پڑھے, نوافل پڑھے, دنیا دے سارے عمل کرے, عمرے کرے, حج کرے, اگر او دا باپ ناراض ہے جا صحیح ترغیب و ترہیب بابو حقوق الوالدین کڈ لے. آقا فرماندے نے او دا کوئی عمل بھی اللہ دی عدالت چ قابل قبول نہیں, کیونکہ والد دی رضا دے اندر اللہ دی رضا ہے. والد دی دعا اولاد دے حق دے اندر شرطیہ قبول ہوندی ہے. کئی مولوی تے ماں ماں ہی کری جاندے نے, ابے نوں نہ کنارے مارا نکرے لا چھڑے بولتے نے. ماں دی عظمت ہے, شان ہے, مقام ہے. نبی علیہ السلام نے فرمایا, ایک بندہ آیا صحابی کہ اللہ رسول میں سب تو زیادہ خدمت فرمایا ماں دی, پھر فرمایا ماں دی, پھر فرمایا ماں دی, پھر چوتھی دفعہ کیا کہ اپنے ابا دی, سما ابو کا پھر تیرا باپ ہے. ٹھیک ہے خدمت زیادہ, لیکن قرآن حدیث دے اندر کتے نہیں آیا کہ والدہ دعا کرے تے دعا رد نہیں ہوندی. اتھے حدیث چاہیے باپ اولاد دے حق چ دعا کرے, اللہ باپ دی دعا نو رد نہیں کرتے. اور باپ دی رضا چ اللہ دی رضا ہے. اگر زمین تے تیرا باپ ناراض ہے, عرش تے رب ناراض ہے. باپ دا مقام الگ ہے, کیونکہ قرآن دے اندر بالوالدین دے لفظ آئے نے, کلی والدہ دا ذکر نہیں آیا. والدہ دی عظمت مقام شان عظمت مسلم ہے, میں اودا انکار نہیں کر رہا, لیکن والدہ دی عزت اور احترام محبت دے اندر پیو نو تے کنارے نہ لاؤ. پیو دا وقار یعنی کہ کوئی اولاد دے بارے چ کوئی حق ہی کوئی نہیں. جس باپ نے مزدوریاں کر کر کے تینو ظالمہ پالیا ہے, اس پیو نو پیو ہی نہیں سمجھ. آئیے جگاں دے پیر رب دے حبیب علیہ السلام فرماندے نے جیڑا بندہ والدین دا مؤدب ہے اللہ او دی عمر وی لمی کر دیندے نے تے او دے رزق چ وی اضافہ کر دیندے نے. اگر چاہنا میری عمر لمی ہوئے پھر بڈھے والدین دی خدمت کریا کر, اگر چاہنا میرے رزق چ اضافہ ہوئے پھر بڈھے والدین دی خدمت کریا کر. تے یاد رکھ قرآن دی نس پیش لگا کرن, پوری زندگی حضرت ابراہیم علیہ السلام نے اپنے بڈھے پیو نو کہا یا آباتی ابا جی, یا
ਆਵਾ ਤੀ ਅੱਬਾ ਜੀ, ਅੱਬਾ ਜੀ। ਜੇ ਬਾਪ ਨੇ ਕਿਹਾ ਪੁੱਤਰਾ ਮੈਂ ਤੈਨੂੰ ਪੱਥਰ ਮਾਰ ਮਾਰ ਕੇ ਰਜਮ ਕਰ ਦਿਆਂਗਾ, ਫਿਰ ਵੀ ਕਿਹਾ ਕਾਲਾ ਸਲਾਮੁਨ ਅਲੈਕ ਸਾਸਤਗਫਿਰੂ ਲਕਾ ਰੱਬੀ। ਅੱਬਾ ਜੀ ਸਲਾਮਤੀ ਹੋਏ, ਅੱਬਾ ਜੀ ਸਲਾਮਤੀ ਹੋਏ। ਜੇ ਬਾਪ ਨੇ ਕਿਹਾ ਨਾ ਪੁੱਤਰਾ ਬੁੱਤ ਚੁੱਕ ਤੇ ਜਾ ਕੇ ਵੇਚ ਗਿਆ ਤੇ ਫਿਰ ਵੀ ਨਾ ਨਹੀਂ ਜੇ ਕੀਤੀ, ਅਜੇ ਨਬੀ ਇਬਰਾਹੀਮ ਸਨ, ਫਿਰ ਵੀ ਨਾ ਨਹੀਂ ਬੁੱਤ ਟੋਕਰਾ ਸਿਰ ਤੇ ਚੁੱਕਿਆ, ਇੱਕ ਬੁੱਤ ਦੀਆਂ ਲੱਤਾਂ ਨੂੰ ਰੱਸਾ ਪਾ ਲਿਆ, ਉਹ ਨਾਲ ਘਸੀੜਦੇ ਜਾ ਰਹੇ ਨੇ ਤੇ ਆਂਦੇ ਨੇ ਗਲੀ ਗਲੀ ਹੋ ਕਾ ਦੇਵੇ ਇਬਰਾਹੀਮ ਰਬਾਣਾ। ਓਏ ਲੈ ਲੋ ਠਾਕਰ, ਲੈ ਲੋ ਠਾਕਰ ਜਿਸ ਜਹੰਨਮ ਜਾਣਾ, ਮੁਸ਼ਰਕ ਪਿਓ ਦੀ ਖਿਦਮਤ ਕਰਨ ਵਾਲੀ, ਅਦਬ ਕਰਨ ਵਾਲੀ, ਇਹਤਰਾਮ ਕਰਨ ਵਾਲੀ, ਮੁਸ਼ਰਕ ਪਿਓ ਦੇ ਆਖੇ ਲੱਗਣ ਵਾਲੀ, ਮੇਰੇ ਖਲੀਲ ਤੂੰ ਅਖੀਰ ਕਰ ਦਿੱਤੀ ਹੈ, ਹੁਣ ਮੈਂ ਤੈਨੂੰ ਪੁੱਤਰ ਐਸਾ ਦਿਆਂਗਾ ਜਿਹਦਾ ਨਾਂ ਇਸਮਾਈਲ ਹੋਏਗਾ, ਉਹਦੇ ਗਲੇ ਤੇ ਛੁਰੀ ਵੀ ਰੱਖੇਗਾ, ਥੱਲਿਓ ਸੀ ਨਹੀਂ ਕਰੇਗਾ। ਅੱਲਾ ਫਿਰ ਔਲਾਦਾਂ ਵੀ ਅੱਗੋਂ ਫਰਮਾ ਬਰਦਾਰ ਦਿੰਦਾ ਹੈ, ਤੇ ਜੇ ਪਿਓ ਨੂੰ ਗਾਲਾਂ ਕੱਢੀਏ ਨਾ ਤਾਂ ਅੱਗੋ ਪੁੱਤਰ ਫਿਰ ਛਿੱਤਰ ਮਾਰਨ ਵਾਲੇ ਰੱਬ ਦਿੰਦਾ। ਇੱਧਰ ਮੇਰੇ ਵੱਲ ਵੇਖੋ, ਇਸ ਤਰ੍ਹਾਂ ਹੱਥ ਫੈਲਾਏ ਨੇ, ਰੱਬੇ ਹਬਲੀ ਮਿਨ ਸਵਾਲਹੀਨ। ਉਹ ਬੋਲੋ ਕੌਣ ਉਲਾਦਾ ਦਿੰਦਾ? ਯਾਹ ਬੋਲੀ ਮਈ ਅਸ਼ਾ ਉਨਾਸਾ ਵਾ ਯਾਹ ਬੋਲੀ ਮਈ ਅਸ਼ਾ ਉਜ਼ਕੂਰ ਔ ਯੁਜ਼ਵਿਜੁਹੁਮ ਜ਼ੁਕਰਾਨੌ ਵਇਨਾਸਾ ਵਯਜਾਲੁ ਮੈ ਅਸ਼ਾ ਵਕੀਮਾ। ਨਿਰੀਆਂ ਬੇਟੀਆਂ ਦਿੰਦਾ ਕੌਣ? ਬੇਟੇ ਦਿੰਦਾ ਕੌਣ? ਰਲਵੀਂ ਬਾਰਿਸ਼ ਪਾਉਂਦਾ ਕੌਣ? ਤੇ ਅਕੀਮਾ ਦਾ ਮਾਨਾ ਕੀ ਹੈ? ਮਰਦ ਵੀ ਚੰਗਾ ਪਲੈ, ਔਰਤ ਵੀ ਚੰਗੀ ਪਲੀ ਏ, ਪਰ ਔਲਾਦ ਕੋਈ ਨਹੀਂ। ਤੂੰ ਐਵੇਂ ਹੀ ਆਨਾ ਲੱਲਾ ਕੁੱਕੜ ਦੇ ਦੇ, ਬੋਲਦੇ ਨਹੀਂ ਹੁਣ ਕੀ ਹੋਇਆ ਜੀ, ਲੱਲਾ ਕੁੱਕੜ। ਇਹ ਕੁੱਕੜਾਂ ਤੋਂ ਪੁੱਤਰ ਮਿਲਦੇ ਸਾਰੇ ਪੋਲਟਰੀ ਫਾਰਮ ਵਾਲੇ ਹੀ ਲੈ ਜਾਂਦੇ, ਤੇ ਜੇ ਇਹਨਾਂ ਬਾਬਿਆਂ ਦੇ ਹੱਥ ਵਸ ਪੁੱਤਰ ਦੀਆਂ ਹੁੰਦੀਆਂ, ਭਾਬੀਆਂ ਵਾਲੇ ਨਾ ਕਾਣੀ ਕੁੜੀ ਵੀ ਨਹੀਂ ਜੰਮਣ ਦੇਣੀ। ਇਕੱਲੇ ਸਾਡੇ ਕਾਰੀ ਯਕੂਬ ਸਾਹਿਬ ਦੇ 30 ਬਾਲ ਨੇ, ਬੱਤੀ ਲਓ ਜੀ, ਰਵਾਇਤ ਵੀ ਗਲਤ ਹੋ ਗਈ ਜੇ ਮੈਂ ਕਹਿੰਦਾ ਸਾ 28 ਤੇ ਕਾਰੀ ਯਕੂਬ ਸਾਹਿਬ ਨੂੰ ਇਸਲਾਮਾਬਾਦ ਮਿਲੇ, ਕਹਿਣਗੇ ਰਵਾਇਤ ਠੀਕ ਕਰ, ਹੁਣ 3 ਨੇ ਤੇ ਅੱਜ ਉਹ ਵੀ ਗਲਤ ਹੋ ਗਈ 32 ਨੇ। ਅੱਲਾ ਕਾਰੀ ਸਾਹਿਬ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। ਮੈਂ ਬਾਤ ਕਰਨਾ ਚਾਹਨਾ, ਅੱਲਾ ਅੱਲਾ ਵੇਖ ਲਓ ਸਾਡੇ ਕਾਰੀ ਸਾਹਿਬ ਕੱਲਿਆਂ ਦੇ ਇੰਨੇ ਬਾਲ ਨੇ, ਕੌਣ ਦਿੰਦਾ? ਧੀਆਂ ਪੁੱਤ ਦਿੰਦਾ ਈ ਰੱਬ ਸੋਹਣਾ, ਅਣਗਿਣਤ ਨਾਲੇ ਜ਼ਰ ਮਾਲ ਦੇਵੇ। ਲੋਕੀ ਪੁੱਤਰਾਂ ਦੇ ਮੂੰਹ ਨੂੰ ਸੈਕਦੇ ਨੇ ਤੇ ਉਹ ਸਿਰਫ ਧੀਆਂ ਦੇ ਗਈ ਟਾਲ ਦੇਵੇ।
ਧੋਤ ਵੀ ਨਹੀਂ ਕਿਤੇ ਤੀ ਵੀ ਨਹੀਂ ਦੁਆ ਜੀਆਂ ਨੂੰ ਕਰ ਬਿਹਾਲ ਦੇਵੇ ਕਿਤੇ ਔਲਾਦਾਂ ਦੇ ਕੇ ਖੋ ਲੈਂਦਾ ਸਗੋਂ ਲਾਂਬੋ ਕਲੇਜੜੇ ਬਾਲ ਦੇਵੇ ਕਿਤੇ ਕੋਈ ਨਹੀਂ ਖਾਨ ਹੰਡਾਨ ਵਾਲਾ ਤੇ ਦੌਲਤ ਮੀਂਹ ਦੇ ਵਾਂਗ ਪਈ ਬਰਸ ਦੀਏ ਕਿਤੇ ਹੀਰਿਆ ਜਈ ਔਲਾਦ ਵੇਖੀ ਪਈ ਟੁੱਕਰ ਦੇ ਭੋਰੇ ਨੂੰ ਤਰਸ ਦੀਏ ਫਿਰ ਕਵੋ ਔਲਾਦਾਂ ਦੇਣ ਵਾਲਾ ਕੌਣ ਹੈ ਬੋਲੋ ਬੋਲੋ ਕੌਣ ਹੈ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਕਹਿੰਦੇ ਨੇ ਅੱਲਾ ਪੁੱਤਰ ਦੇ ਦੇ ਪਰ ਨੇਕਾਂ ਜੋ ਦਈ ਤਾਂ ਅੱਗੋ ਜਵਾਬ ਕੀ ਆਇਆ ਫਬਸ਼ਰਨਾਹੂ ਬਿਗੁਲਾਮਿਨ ਹਲੀਮ ਤੈਨੂੰ ਪੁੱਤਰ ਦਿਆਂਗਾ ਜਿਹੜਾ ਹਲੀਮ ਹੋਏਗਾ ਇਨਾ ਇਬਰਾਹੀਮ ਲਾ ਅਵਾਹੁਨ ਹਲੀਮ ਸੋਹਣਿਆ ਇਬਰਾਹੀਮ ਤੂੰ ਵੀ ਹਲੀਮ ਹੈ ਜਿਹੜਾ ਪੁੱਤਰ ਦਿਆਂਗਾ ਉਹ ਵੀ ਹਲੀਮ ਹੋਏਗਾ ਤੂੰ ਛੁਰੀ ਫੇਰਨ ਚ ਹਲੀਮ ਏ ਉਹ ਛੁਰੀ ਫਰਾਨ ਚ ਹਲੀਮ ਹੋਏਗਾ ਅੱਲਾ ਨੇ ਦੱਸਿਆ ਕਿ ਤੂੰ ਬੁੱਢੇ ਮਾਂ ਬਾਪ ਦੀ ਖਿਦਮਤ ਕਰ ਮੈਂ ਤੈਨੂੰ ਔਲਾਦ ਤਾਬਿਆਦਾਰ ਦੇ ਦਿਆਂਗਾ ਫਿਰ ਅੱਲਾ ਨੇ ਦਿੱਤੀ ਕਿ ਨਹੀਂ ਫਲੰਮਾ ਬਲਗਾ ਮਾਹੁ ਸਾਇਆ ਕਾਲ ਯਾ ਬੁਨਈਆ ਇੰਨੀ ਅਰਾ ਫਿਲ ਮਨਾਮੀ ਅੰਨੀ ਅਜ਼ਬਹੁ ਕਫਨਜ਼ੁਰ ਮਾਜ਼ਾ ਤਰਾ ਕਾਲ ਯਾ ਅਬਤਿਫ ਅਲਮਾ ਤੋਮਰ ਸਤਜਿਦੁਨੀ ਇਨਸ਼ਾ ਅੱਲਾਹੁ ਮਿਨ ਸਵਾਬਰੀ